ਕਾਲਾਂਵਾਲੀ ਦੇ ਵਿੱਚ ਸਾਡੇ ਇੱਕ ਮਸਲਾ ਜੋ ਪਿਛਲੇ ਕਈ ਦਿਨਾਂ 'ਚੋਂ ਦੇਸੂ ਖੁਰਦ ਪਿੰਡ ਦਾ ਸੀ, ਉਸ ਵਾਸਤੇ ਇਕੱਠੇ ਹੋਏ ਸੀ। ਸਾਡੀ ਜਥੇਬੰਦੀ ਦੇ ਆਗੂ ਸਭਾ ਨੇ ਮਿਲ ਕੇ ਮੀਟਿੰਗ ਕੀਤੀ ਅਤੇ ਮੀਟਿੰਗ ਤੋਂ ਬਾਅਦ ਤੁਹਾਡੇ ਰੂਬਰੂ ਹੋਏ ਹਾਂ। ਮਸਲਾ ਇਹ ਹੈ ਵੀ ਪਿੰਡ ਦੇਸੂ ਖੁਰਦ ਦੇ ਵਿੱਚ ਕਈ ਕਿਸਾਨਾਂ ਦੀ ਸੈਂਕੜੋ ਏਕੜ ਜਿਹੜੀ ਜ਼ਮੀਨ ਹੈ, ਮੇਰੀ ਫਸਲ ਮੇਰਾ ਬਿਓਰਾ ਪੋਰਟਲ ਦੇ ਵਿੱਚ ਪਲਵਲ ਸਾਈਡ ਦੇ ਬੰਦਿਆਂ ਨੇ, ਜਿਹਦੇ ਵਿੱਚ ਜਿਹੜੇ ਨੰਬਰ ਨੇ, ਇੱਕ ਦਾ ਨੰਬਰ ਹੈ 81682 ਅਤੇ 22354, ਦੋ ਨੰਬਰ ਹੋਰ ਨੇ, ਇਹ ਤਿੰਨਾਂ ਦੇ ਨਾਮ, ਇੱਕ ਦਾ ਸੀਮਾ ਰਾਣੀ, ਇੱਕ ਦਾ ਸੰਤੋਸ਼ ਅਤੇ ਇੱਕ ਦਾ ਕਰਨ ਆਉਂਦੇ ਆ। ਇਹ ਪਿਛਲੇ ਸਮੇਂ ਤੋਂ ਜਿਹੜੀ ਕਿ ਕੋਈ ਵੀ ਅਸੀਂ ਕਿਸਾਨ ਨੇ ਫਸਲ ਬੀਜਣੀ ਹੁੰਦੀ, ਉਹਦਾ ਪੰਜੀਕਰਨ ਕਰਾਉਣਾ ਹੁੰਦਾ ਤਾਂ ਹੀ ਉਹ ਮੰਡੀ 'ਚ ਵੇਚ ਸਕਦਾ ਹੈ, ਅਤੇ ਉਸ ਦੇ ਨਾਲ ਜਿੰਨੀਆਂ ਵੀ ਸੁਵਿਧਾਵਾਂ ਮਿਲਦੀਆਂ, ਚਾਹੇ ਕੋਈ ਉਹਨੂੰ ਇੰਕਰੀਮੈਂਟ ਦੇਣੇ ਆ, ਚਾਹੇ ਕੋਈ ਮੁਆਵਜ਼ਾ ਬਾਅਦ 'ਚ ਕੋਈ ਕਲੇਮ ਆਉਂਦਾ, ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਆਉਣੀ, ਜਿੰਨੀ ਦੇਰ ਤੱਕ ਕਿਸਾਨ ਦੀ ਫਸਲ ਦਾ ਪੰਜੀਕਰਨ ਨਹੀਂ ਹੁੰਦਾ, ਮੇਰੀ ਫਸਲ ਮੇਰੇ ਪਿਓਰਾ 'ਤੇ ਨਹੀਂ ਮਿਲਦਾ। ਆਹ ਸਾਥੀਓ, ਆਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ, ਫੋਕਸ ਕਰਕੇ ਦਿਖਾ ਦਿਓ, ਜਾਂ ਸਾਰਾ ਨਾਇਬ ਤਹਿਸੀਲਦਾਰ ਨੇ ਜਿਹੜਾ ਹੈਗਾ, ਆਹ ਉਹਨਾਂ ਦੇ ਨੰਬਰ ਨੇ, ਆਹ ਸਾਡੇ ਕਿਸਾਨਾਂ ਦੇ ਨਾਮ ਨੇ, ਅਤੇ ਆਹ ਜਿਹੜਾ ਨਾਇਬ ਤਹਿਸੀਲਦਾਰ ਨੇ ਵੈਰੀਫਿਕੇਸ਼ਨ ਕੀਤੀ ਹੈ, ਇਹਨੂੰ ਵੈਰੀਫਿਕੇਸ਼ਨ ਕੀਤੀ ਆ 24/9 ਨੂੰ, ਆਹ ਟਾਈਮ ਵੀ ਦੇ ਰੱਖਿਆ ਸਾਰਾ ਦੇ ਸਾਰਾ ਕੁਛ, ਇਹ ਤੁਹਾਨੂੰ ਲੈਟਰ ਵੀ ਦੇ ਜਾਂਗੇ। ਇਹ ਸਾਰੇ ਦੇ ਸਾਰੀ ਜਿਹੜੀ ਆਵਾਜ਼ ਹੈ ਕਿਸਾਨ ਦੀ ਆਵਾਜ਼, ਅੱਜ ਤੁਸੀਂ ਬਣ ਕੇ ਮੇਰੇ ਪੱਤਰਕਾਰ ਵੀਰ ਭਰਾ ਸਾਥੀ, ਇਹ ਜ਼ਰੂਰ ਅੱਗੇ ਲੈ ਕੇ ਆਉਣ ਤਾਂ ਕਿ ਕਿਸਾਨਾਂ ਨੂੰ ਇਨਸਾਫ ਮਿਲ ਸਕੇ। ਕਿਸਾਨਾਂ ਦੀ ਲੁੱਟ ਕਰਾ ਰਹੇ ਨੇ, ਅਤੇ ਸਭ ਤੋਂ ਵੱਡੀ ਗੱਲ ਇੱਕ ਨਾਕਾਮੀ ਵਾਸਤੇ ਸਰਕਾਰ ਦੀ, ਵੀ ਮੁੱਖ ਮੰਤਰੀ ਤੋਂ ਵੱਡੀ, ਸਾਡੇ ਰਾਜਾਂ ਦਾ ਮੁਖੀਆ ਉਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਉਸ ਮੁੱਖ ਮੰਤਰੀ ਦੇ ਸੰਗਿਆਨ 'ਚ ਗੱਲ ਲਿਆਉਣ ਤੋਂ ਬਾਅਦ, ਰਿਟਨ ਦੇ ਵਿੱਚ ਦੇਣ ਤੋਂ ਬਾਅਦ, ਅੱਜ ਤੱਕ ਨਾ ਤਾਂ ਕੋਈ ਕਾਰਵਾਈ ਹੋਈ ਹੈ, ਨਾ FIR ਦਰਜ ਹੋਈ ਹੈ, ਨਾ ਕਿਸੇ ਦੀ ਗ੍ਰਿਫਤਾਰੀ ਹੋਈ ਹੈ, ਅਤੇ ਨਾ ਹੀ ਕਿਸਾਨਾਂ ਨੂੰ ਇਨਸਾਫ ਮਿਲਿਆ। ਇਸ ਕਰਕੇ ਤੁਹਾਡੇ ਮਾਰਫਤ, ਪੱਤਰਕਾਰ ਭਰਾਵਾਂ ਦੇ ਮਾਰਫਤ, ਅਸੀਂ ਇਹ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਲਦ ਅਗਰ ਇਸ 'ਤੇ ਕਾਰਵਾਈ ਨਾ ਹੋਈ ਤਾਂ ਸਾਨੂੰ ਮਜਬੂਰਨ ਇਸ 'ਤੇ ਉੱਪਰ ਵੱਡਾ ਸੰਘਰਸ਼ ਕਰਨਾ ਪਊਗਾ। SDM ਤਹਿਸੀਲ ਕਾਰਿਆਲ ਦਾ ਘਿਰਾਓ ਕਰਕੇ ਉਹਨਾਂ ਭ੍ਰਸ਼ਟ ਨਾਇਬ ਤਹਿਸੀਲਦਾਰ ਨੂੰ ਜਿਹੜਾ ਹੈਗਾ ਉੱਥੇ ਕਾਰਵਾਈ ਕੀਤੀ ਜਾਵੇ, ਵਿਭਾਗੀ ਹੈ, ਉਹਨੂੰ ਚਾਰਜਸ਼ੀਟ ਕਰਕੇ ਉਹਤੇ ਜਿਹੜਾ ਹੈ ਬਣਦੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ, ਜਿਹੜਾ ਕਿ ਕਿਸਾਨਾਂ ਦੇ ਨਾਲ ਇੰਨੀ ਵੱਡੀ ਧੋਖੇਧੜੀ ਕਰਵਾ ਰਿਹਾ। ਏਕੜ ਜ਼ਮੀਨ ਜਿਹੜੀ 350 ਕਿੱਲੇ ਦੇ ਕਰੀਬ ਦੇਸੂ ਖੁਰਦ ਦੀ ਜ਼ਮੀਨ ਹੈ, ਜਿਹੜੀ ਕਿ ਤਿੰਨ ਬੰਦਿਆਂ ਨੇ ਆਪਣੇ ਨਾਮ ਕਰਾ ਲਈ, ਉਸ ਦਰਜ ਕੀ ਕੀਤਾ ਬਾਜਰਾ। ਦੇਸੂ ਖੁਰਦ ਦੇ ਵਿੱਚ ਬਾਜਰੇ ਦਾ ਨਾਮ ਨਿਸ਼ਾਨ ਨਹੀਂ ਹੈ, ਅਤੇ 350 ਕਿੱਲਿਆਂ ਦੇ ਕਰੀਬ ਜਿਹੜਾ ਬਾਜਰਾ ਦਰਸਾਇਆ ਗਿਆ, ਉਸ ਦੇ ਵਿੱਚ ਜਿਹੜਾ ਵੈਰੀਫਿਕੇਸ਼ਨ ਕੀਤੀ ਆ, ਇੱਥੋਂ ਦੇ ਭ੍ਰਸ਼ਟ ਨਾਇਬ ਤਹਿਸੀਲਦਾਰ ਅਜੇ ਮਲਿਕ ਜਿਹੜਾ ਕਿ ਇੱਥੇ ਤੈਨਾਇਤ ਹੈ, ਅਸੀਂ ਪਤਾ ਕੀਤਾ ਬਾਅਦ ਦੇ ਵਿੱਚ, ਇੱਥੇ ਵੀ ਉਹ ਜਿਹੜੀ ਲੁੱਟ ਖਸੁੱਟ ਇੱਥੇ ਵੀ ਚੱਲ ਰਹੀ ਹੈ, 50,000 ਤੋਂ ਘੱਟ ਰਜਿਸਟਰੀ ਦਾ ਨਹੀਂ ਲੈਂਦਾ। ਚਲੋ, ਜਿਨ੍ਹਾਂ ਨੇ ਕਲੋਨੀਆਂ ਦੀਆਂ ਰਜਿਸਟਰੀਆਂ ਕਰਾਉਣੀਆਂ ਉਹ ਦੇ ਸਕਦੇ ਨੇ, ਲੇਕਿਨ ਇੱਕ ਸਿੱਧੇ ਸਾਧੇ ਕਿਸਾਨਾਂ ਦੇ ਨਾਲ ਜਿਹੜਾ ਕਿ ਆਪਣੀ ਖੇਤੀ ਕਰਦਾ, ਕਿਰਤ ਕਰਦਾ ਅਤੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦਾ, ਉਸ ਦੇ ਨਾਲ ਬਹੁਤ ਵੱਡਾ ਧੋਖਾ ਇਹ ਨਾਇਬ ਤਹਿਸੀਲਦਾਰ ਕਾਲਾਂਵਾਲੀ ਅਜੇ ਮਲਿਕ ਨੇ ਆਪਣੇ ਅਧਿਕਾਰੀਆਂ ਨਾਲ ਮਿਲ ਕੇ ਅਤੇ ਕੀਤਾ, ਅਤੇ ਜਿਹੜਾ ਕਿ ਪੰਜੀਕਰਨ ਜਿਹੜਾ ਸੀ ਉਹ ਦੂਸਰੇ ਨਾਮ 'ਤੇ ਕਰਕੇ, ਅਤੇ ਇਹਨਾਂ ਨੂੰ ਪੰਜੀਕਰਨ ਤੋਂ ਵੰਚਿਤ ਰੱਖਿਆ ਗਿਆ। ਇਹਨਾਂ ਕਿਸਾਨਾਂ ਜਿਹੜੀ ਆਪਣੀ ਫਸਲ ਸੀ, ਚਾਹੇ ਝੋਨੇ ਦੀ ਫਸਲ ਸੀ, ਚਾਹੇ ਨਰਮੇ ਦੀ, ਔਣੇ ਪੌਣੇ ਰੇਟਾਂ ਦੇ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਵੇਚੀ ਆ, ਅਤੇ ਅੱਜ ਇਸ ਕਰਕੇ ਇਕੱਠੇ ਹੋਏ ਸੀ ਵੀ ਇਸ ਮਸਲੇ ਨੂੰ ਅਸੀਂ 29 ਅਕਤੂਬਰ ਨੂੰ ਮੁੱਖ ਮੰਤਰੀ ਹਰਿਆਣਾ ਸਰਕਾਰ ਮਨੋਹਰ ਖੱਟਰ ਜੀ ਸਿਰਸਾ ਆਏ ਸੀ, ਉਸ ਦੇ ਵਿੱਚ ਵੀ ਰੱਖਿਆ ਸੀ, ਗੱਲਬਾਤ ਵੀ ਕੀਤੀ ਸੀ, ਮੰਗ ਪੱਤਰ ਵੀ ਦਿੱਤਾ ਸੀ, ਪੂਰੇ ਦਾ ਪੂਰਾ ਵੇਰਵਾ ਦਿੱਤਾ ਸੀ ਵੀ ਅਸੀਂ ਜਿਹੜਾ ਕਿ ਹੈ ਇਸ ਨੂੰ 13 ਅਕਤੂਬਰ ਨੂੰ ਰੋੜੀ ਥਾਣੇ ਦੇ ਵਿੱਚ ਇੱਕ ਰਪਟ ਦਰਜ ਕਰਾਈ ਸੀ, 534 ਸੀ ਉਹਦਾ ਨੰਬਰ ਸੀ, ਅੱਜ ਤੱਕ ਉਸ 'ਤੇ ਵੀ FIR ਨਹੀਂ ਹੋਈ। FIR ਬਾਅਦ 'ਚ ਜਦੋਂ ਸਾਨੂੰ ਪਤਾ ਚੱਲਿਆ ਵੀ FIR ਹੋਣੀ ਕਿਉਂ ਨਹੀਂ ਸੀ, ਕਿਉਂਕਿ ਇਹਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੀਆਂ ਕਾਲੀਆਂ ਭੇਡਾਂ ਨੇ, ਵੱਡੇ ਅਧਿਕਾਰੀ ਨੇ ਸ਼ਾਮਿਲ ਨੇ। ਸੱਤਿਆ ਖਬਰ, ਸੱਤਿਆ ਸਟੀਕ ਬੇਬਾਕ।